ਕੈਰੈਕਟਰ ਇਹਦਾ ਵੈਸੇ ਤਾਂ ਸਸਪੈਂਸ ਹੈ, ਮੈਂ ਨਾਂ ਦੱਸਣਾ ਚਾਹੁੰਦਾ। ਚੜ੍ਹਦੀ ਉਮਰ ਜਦੋਂ ਇਸ਼ਕ ਜਾਗਦਾ, ਉਸ ਦੌਰ 'ਚ ਜਿਹੜੇ ਗਾਣੇ ਹੁੰਦੇ ਉਹ ਬੈਸਟ ਲੱਗਦੇ ਹੁੰਦੇ, ਉਦੋਂ ਤੋਂ ਬਾਅਦ ਤੁਹਾਨੂੰ ਕਦੇ ਵੀ ਕੋਈ ਗਾਣਾ ਚੰਗਾ ਨਹੀਂ ਲੱਗਦਾ। ਤੁਹਾਨੂੰ ਸਿਨੇਮਾ ਕਿੱਦਾਂ ਦਾ ਦੇਖਣਾ ਪਸੰਦ ਹੈ? ਮੈਨੂੰ ਤਾਂ ਇਹੀ ਚੰਗਾ ਜਿਹੜਾ ਜਿੱਥੇ ਧੱਕ ਪਾਵੇ। ਜਿਹੜਾ ਬੰਬੇ ਜਾ ਕੇ ਟ੍ਰੇਲਰ ਲਾਂਚ ਹੋ ਰਹੇ ਨੇ, ਤੇ ਤੁਸੀਂ ਨਹੀਂ ਸੋਚਿਆ ਕਿ ਆਪਾਂ ਵੀ ਬੰਬੇ ਜਾ ਕੇ ਟ੍ਰੇਲਰ? ਮੈਂ ਦਿਹਾਤੀ ਹਾਂ ਯਾਰ, ਕਰੈਕਟਰ ਦੇ ਵਿੱਚ ਵੜਨ ਦੇ ਵਿੱਚ ਤੇ ਉਸ ਤੋਂ ਬਾਹਰ ਆਉਣ ਦੇ ਲਈ ਕਿੰਨੀ ਕੁ ਮਿਹਨਤ ਲੱਗਦੀ? ਇਹ ਗੱਪ ਹੁੰਦੀ ਹੈ, ਕੁਛ ਨਹੀਂ ਹੁੰਦਾ। ਇਸ ਤੋਂ ਅਗਲੇ ਹੋਰ ਇਸ ਤਰ੍ਹਾਂ ਦੇ ਕਨਸੈਪਟ ਤੁਸੀਂ ਦੇਖ ਲਾ ਅੰਕਲ ਪਹਿਲਾਂ ਹੁਣ? ਇਹ ਤਾਂ ਸਰ ਦੇਖੀ ਦੇਖੀ ਹੈਗੀ, ਕਿਹੜੀ ਫਿਲਮ ਜਾਂ ਕਿਹੜਾ ਗਾਣਾ ਇਹ ਦੱਸੋ ਜਿਹੜਾ ਅਸੀਂ ਤੁਹਾਡਾ ਨਾਂ ਦੇਖਿਆ ਮੈਨੂੰ। ਇਹ ਪਹਿਲਾਂ ਜਿਹੜੀ ਰਿਲੀਜ਼ ਹੈ, ਇੰਨਾ ਪੈਸਾ ਲਾਇਆ ਉਹਨਾਂ ਨੇ, ਪਹਿਲਾਂ ਪੈਸੇ ਵਿਖਾ ਦਈਏ ਤੁਹਾਨੂੰ ਜੀ, ਤੁਸੀਂ ਇਹਨੂੰ ਪਾਸ ਕਰੋ, ਪਾਸ ਹੀ ਉਸ ਤੋਂ ਬਾਅਦ ਫਿਰ ਤੁਸੀਂ ਦੱਸੋ ਫਿਰ ਆਪਾਂ ਹੋਰ ਉਦਾਂ ਦੀ, ਕਿਉਂਕਿ ਫੈਨਸ ਜਦੋਂ ਦੀ ਹਸ਼ਰ ਆਈ ਉਦੋਂ ਦੀ ਵੇਟ ਕਰਦੇ ਪਏ ਆ ਕਿ ਹੁਣ ਤੁਸੀਂ ਕਾਫੀ ਟਾਈਮ ਬਾਅਦ ਇੰਨਾ ਖਤਰਨਾਕ, 4 ਸਾਲ ਨਹੀਂ ਬਣਾਏ, ਬਿਲਕੁਲ ਇੰਨਾ ਖਤਰਨਾਕ ਕਨਸੈਪਟ ਹੈਗਾ ਕਿ ਇਹਦੇ ਬਣਾਵਾਂਗੇ ਜੀ ਆਪਾਂ, ਉਹੀ ਫਿਲਮ ਬਣਾਵਾਂਗੇ ਜਿਹੜੀ ਗਰਦਨ ਸਿੱਧੀ ਰੱਖਣ ਵਾਲੀ ਫਿਲਮ ਹੈ, ਐ ਚੁੱਕਣ ਵਾਲੀ ਨਹੀਂ ਬਣਾਉਣੀ ਜੀ। ਤੁਸੀਂ ਦੇਖ ਰਹੇ ਹੋ ਪੰਜਾਬ ਤੱਕ ਤੇ ਮੈਂ ਹਾਂ ਤੁਹਾਡੇ ਨਾਲ ਪ੍ਰਿੰਸ ਤਾਗ। ਅੱਜ ਸਾਡੇ ਨਾਲ ਨੇ ਬੱਬੂ ਮਾਨ ਸਾਹਿਬ ਜਿਨ੍ਹਾਂ ਦੀ ਨਵੀਂ ਫਿਲਮ ਆ ਰਹੀ ਹੈ ਸੁੱਚਾ ਸੂਰਮਾ, ਤੇ ਇਹਦੇ ਤੇ ਗੱਲਬਾਤ ਕਰਾਂਗੇ। ਮਾਨ ਸਾਹਿਬ ਬਹੁਤ ਬਹੁਤ ਸਵਾਗਤ ਹੈ ਤੁਹਾਡਾ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਮਾਨ ਸਾਹਿਬ ਕਿੰਨੀ ਲੋੜ ਸੀਗੀ ਇਸ ਤਰ੍ਹਾਂ ਦੇ ਕਨਸੈਪਟ ਨੂੰ ਅੱਜ ਦੇ ਟ੍ਰੈਂਡ ਦੇ ਵਿੱਚ ਲਿਆਉਣ ਦੀ? ਇਹ ਅਸੀਂ ਤਾਂ ਟ੍ਰੈਂਡ ਤੋੜਨ ਵਾਲੇ ਹੀ ਆ ਭਾਈ ਜੀ। ਪਹਿਲਾਂ ਜਦੋਂ ਹਸ਼ਰ ਬਣਾਈ ਸੀ ਉਦੋਂ ਵੀ ਇਹੀ ਸੀ ਜੀ, ਫਿਰ ਹਵਾਏ ਬਣਾਈ ਸੀ ਉਹ ਵੀ ਅਲੱਗ ਸੀ ਜੀ, ਫਿਰ ਇਹ ਵੀ ਅਲੱਗ ਹੀ ਹੈ ਜੀ। ਜਿਵੇਂ ਆਪਾਂ ਗੱਲ ਕਰੀਏ ਕਿ ਇਸ ਤਰ੍ਹਾਂ ਮੈਂ ਟ੍ਰੇਲਰ ਜਦੋਂ ਦੇਖਿਆ ਤੇ ਇਹਦੇ ਵਿੱਚ ਜੋ ਕੰਮ ਕੀਤਾ ਗਿਆ ਬੜੀ ਬਾਰੀਕੀ, ਦੁਬਾਰਾ ਪੁੱਛੋ ਸਰ। ਸਰ ਜਿਵੇਂ ਮੈਂ ਟ੍ਰੇਲਰ ਦੇਖਿਆ ਜੀ, ਇਹਦੇ ਵਿੱਚ ਜਿਹੜਾ ਬਾਰੀਕੀ ਦੇ ਨਾਲ ਕੰਮ ਦੇਖਿਆ ਗਿਆ, ਕੁੜਤਿਆਂ ਦੇ ਰੰਗ ਦੇਖ ਲਈਏ, ਤੁਹਾਡਾ ਕੈਂਠਾ ਦੇਖ ਲਈਏ ਜਾਂ ਬਾਕੀਆਂ ਦੇ ਵੀ ਪ੍ਰੋਪਰ ਬਾਰੀਕੀ ਦੇ ਨਾਲ ਕੰਮ ਕੀਤਾ ਗਿਆ, ਕਿੰਨੀ ਤੁਹਾਨੂੰ ਲੱਗਦਾ ਕਿ ਇਹ ਮਿਹਨਤ ਲੱਗੀ? ਤੇ ਇਹ ਜਿਹੜੇ ਜਿਵੇਂ ਹੁਣ ਆਪਾਂ ਕੈਂਠੇ ਦੀ ਗੱਲ ਕਰਦੇ ਹਾਂ, ਅੱਜ ਕੱਲ੍ਹ ਸੋਸ਼ਲ ਮੀਡੀਆ ਦਾ ਅਲੋਪ ਹੁੰਦਾ ਜਾ ਰਿਹਾ, ਬਹੁਤ ਹੀ ਘੱਟ ਲੋਕਾਂ ਨੂੰ ਮੈਨੂੰ ਸ਼ਾਇਦ ਪਤਾ ਹੋਊਗਾ ਕਿ ਜਿਹਨਾਂ ਨੂੰ ਪਤਾ ਕੈਂਠੇ ਬਾਰੇ ਪਤਾ ਹੋਊਗਾ। ਦੇਖੋ ਇੱਕ ਚੀਜ਼ ਹੈ ਵੀ ਜਿਵੇਂ ਜਿਵੇਂ ਵਕਤ ਬਦਲਦਾ ਬਹੁਤ ਚੀਜ਼ਾਂ ਨੇ ਬਦਲਣਾ, ਪਰ ਇਹ ਸਾਡੇ ਫਰਜ਼ ਬਣਦੇ ਆ ਕਿ ਅਸੀਂ ਆਪਣੀ ਜਿਹੜੀਆਂ ਪੁਰਾਤਨ ਰਵਾਇਤਾਂ ਉਹਨਾਂ ਨੂੰ ਚੇਤੇ ਰੱਖੀਏ ਜੀ। ਤੇ ਸਰ ਜਿਵੇਂ ਫਿਲਮ ਦੇ ਵਿੱਚ ਤੁਸੀਂ ਕਿਰਦਾਰ ਨਿਭਾ ਰਹੇ ਹੋ, ਫੌਜੀ ਹੁੰਦਾ ਆਪਣਾ ਆਉਂਦੇ ਨੇ ਜਦੋਂ ਛੁੱਟੀ ਲੈ ਕੇ ਤੁਸੀਂ ਵਾਪਸ ਆਉਂਦੇ ਆ, ਤੇ ਇਹ ਜਿਹੜੀ ਕਹਾਣੀ ਦੇ ਵਿੱਚ ਕਿੰਨਾ ਕਰੈਕਟਰ ਤੁਹਾਨੂੰ ਡੂੰਘਾ ਜਾਣਾ ਪਿਆ? ਕੈਰੈਕਟਰ ਇਹਦਾ ਵੈਸੇ ਤਾਂ ਸਸਪੈਂਸ ਹੈ, ਮੈਂ ਨਾਂ ਦੱਸਣਾ ਚਾਹੁੰਦਾ। ਅਤੇ ਇੱਕ ਵਾਰੀ ਮਤਲਬ ਜਦੋਂ ਉਹ ਇਸ ਦੁਸ਼ਮਣੀ 'ਚੋਂ ਨਿਕਲਦਾ, ਉਹ ਤੋਂ ਬਾਅਦ ਉਹ ਇੱਕ ਸ਼ਾਂਤ ਜ਼ਿੰਦਗੀ ਜਿਉਣੀ ਚਾਹੁੰਦਾ ਜੀ, ਪਰ ਫਿਰ ਪਰਿਸਥਿਤੀਆਂ ਨੂੰ ਉਹਨਾਂ ਨੂੰ ਉਸ ਮੋੜ 'ਤੇ ਖੜਾ ਕਰ ਦਿੰਦੇ, ਫਿਰ ਉਹਨਾਂ ਨੂੰ ਸਮਾਜਿਕ ਪੱਧਰ 'ਤੇ ਆਪਦੇ ਕਬੀਲੇ ਲਈ ਫਿਰ ਜਾਣਾ ਪੈਂਦਾ, ਇਹ ਦਾਸਤਾਨ ਆ ਜੀ। ਭਾਈ ਜੇ ਥੋੜ੍ਹੀ ਜਿਹੀ ਤੋਂ ਵੱਖ ਗੱਲ ਕਰਾਂ, ਜਿਵੇਂ ਤੁਹਾਡੇ ਗਾਣੇ ਆਉਂਦੇ ਨੇ ਨਵੇਂ, ਤੇ ਨੀਚੇ ਅਸੀਂ ਕਮੈਂਟ ਦੇਖਦੇ ਹਾਂ ਕਿ ਮਾਨ ਸਾਹਿਬ ਕੋਈ ਤਗੜਾ ਗਾਣਾ ਲੈ ਕੇ ਆਓ, ਹੈ ਨਾ, ਪਿਆਸ ਫਿਲਮ, ਪਿਆਸ ਐਲਬਮ ਵਰਗੀ ਐਲਬਮ ਦੀ ਉਹਦੀਆਂ ਦੋ ਵਜ੍ਹਾ ਹੁੰਦੀਆਂ ਕਿ ਹਰ ਬੰਦੇ ਦੇ ਜ਼ਿੰਦਗੀ ਦੇ ਕੁਛ ਗਾਣੇ ਹੁੰਦੇ ਜੀ, ਜਿਸ ਜਦੋਂ ਤੁਸੀਂ ਜਵਾਨ ਹੁੰਦੇ ਨਾ, ਉਹ ਜਦੋਂ ਜਦੋਂ ਚੜ੍ਹਦੀ ਉਮਰ ਜਦੋਂ ਇਸ਼ਕ ਜਾਗਦਾ, ਉਸ ਦੌਰ 'ਚ ਜਿਹੜੇ ਗਾਣੇ ਹੁੰਦੇ ਉਹ ਬੈਸਟ ਲੱਗਦੇ ਹੁੰਦੇ, ਉਦੋਂ ਤੋਂ ਬਾਅਦ ਤੁਹਾਨੂੰ ਕਦੇ ਵੀ ਕੋਈ ਗਾਣਾ ਚੰਗਾ ਨਹੀਂ ਲੱਗਦਾ। ਗਾਣੇ ਉਹੀ ਹੁੰਦੇ, ਉਹੀ ਸੰਗੀਤ ਹੁੰਦਾ, ਉਹੀ ਸੱਤ ਸੁਰ ਆ, ਉਹੀ ਤਰਜ ਹੈ, ਉਹੀ ਅਲਫਾਜ਼ ਹੈ, ਘੁੰਮ ਘੁੰਮਾ ਕੇ ਜੀ। ਤੋ ਇਹ ਆਪਣੀ ਆਪਣੀ ਚੋਇਸ ਦੀ ਗੱਲ ਹੁੰਦੀ ਹੈ, ਜਿਸ ਏਰੀਏ 'ਚੋਂ ਤੁਸੀਂ ਨਿਕਲਦੇ ਹਾਂ, ਜਿਸ ਜਿਸ ਬੈਚ 'ਚੋਂ ਤੁਸੀਂ ਨਿਕਲਦੇ ਹੋ, ਉਸ ਤਰ੍ਹਾਂ ਦੇ ਤੁਹਾਨੂੰ ਗਾਣੇ ਚਾਹੀਦੇ ਹੈ। ਜਿਵੇਂ ਆਪਾਂ ਹੁਣ ਪੀ ਸੀ 'ਚ ਵੀ ਗੱਲ ਕਰ ਰਹੇ ਸੀਗੇ ਕਿ ਇਹ ਗਾਥਾਵਾਂ ਅਲੋਪ ਹੁੰਦੀਆਂ ਜਾ ਰਹੀਆਂ, ਇਹਨਾਂ ਨੂੰ ਅੱਗੇ ਲਿਆਉਣ ਦਾ ਫਰਜ਼ ਇਕੱਲੇ ਇਕੱਲੇ ਨੂੰ ਕਰਨਾ ਚਾਹੀਦਾ ਜਾਂ ਫਿਰ ਜਿਵੇਂ ਪਹਿਲਾਂ? ਡਿਪੈਂਡ ਕਰਦਾ ਬੱਚੇ, ਕੀ ਹੁੰਦਾ ਕਿ ਤੁਸੀਂ ਇੱਕ ਫਿਲਮ ਬਣਾਉਂਦੇ, ਜੇ ਤਾਂ ਉਹ ਚੱਲ ਗਈ ਫਿਰ ਤਾਂ ਪ੍ਰੋਡਿਊਸਰ ਅਗਲੀ ਵਾਰੀ ਪੈਸੇ ਲਾਉਂਦਾ, ਨਹੀਂ ਤਾਂ ਫਿਰ ਉਹ ਫਸ ਜਾਂਦਾ। ਤੋ ਇਹ ਗਾਥਾਵਾਂ ਜਾਂ ਇਸ ਤਰ੍ਹਾਂ ਦੀਆਂ ਕਹਾਣੀਆਂ ਇਸ ਚੀਜ਼ 'ਤੇ ਮੁਨਸਰ ਕਰਦੀਆਂ ਕਿ ਦੇਖਣ ਵਾਲੇ ਕਿੰਨਾ ਪਿਆਰ ਦਿੰਦੇ, ਜੇ ਅੱਛੀ ਫਿਲਮ ਦੇ ਪੈਸੇ ਵੀ ਪੂਰੇ ਹੋਣ, ਬੰਦਾ ਫਿਰ ਇੱਕ ਵਾਰੀ ਜੰਪ ਕਰਦਾ ਕਿ ਮੈਂ ਅੱਛਾ ਸਿਨੇਮਾ ਬਣਾਵਾਂ। ਸਿਨੇਮਾ ਇੱਕ ਯਾਦ ਵੀ ਹੈ, ਇਹ ਪੂਰਾ ਸੰਸਕਾਰ ਹੈ ਇੱਕ ਜਿਹੜਾ ਨਾਲ ਚੱਲਦਾ ਤੁਹਾਡੇ।
ਤੁਹਾਨੂੰ ਸਿਨੇਮਾ ਕਿੱਦਾਂ ਦਾ ਦੇਖਣਾ ਪਸੰਦ ਹੈ? ਮੈਨੂੰ ਤੇ ਇਹੀ ਚੰਗਾ ਜਿਹੜਾ ਜਿੱਥੇ ਧੱਕ ਪਾਵੇ, ਜਿਹੜਾ ਧੱਕ ਪਾਵੇ। ਹਾਂ, ਚੋਚਲੇ ਵਾਲਾ ਨਹੀਂ, ਉਹ ਕਾਮੇਡੀ ਟਾਈਪ ਜਿਵੇਂ ਚੱਲਦਾ, ਮਤਲਬ ਨਹੀਂ, ਆਪਣੀ ਆਪਣੀ ਫਿਤਰਤ ਹੁੰਦੀ ਹੈ ਵਿੱਚ, ਆਪਾਂ ਨਹੀਂ ਕਰ ਸਕਦੇ ਉਦਾਂ ਦਾ। ਤੇ ਅੱਜ ਕੱਲ ਪੰਜਾਬੀ ਸਿਨੇਮਾ ਕਾਫੀ ਉੱਪਰ ਜਾ ਰਿਹਾ ਹੈ, ਜਾਊਗਾ ਬਹੁਤ ਉੱਚਾ ਜਾਊਗਾ। ਬੰਬੇ ਜਾ ਕੇ ਟ੍ਰੇਲਰ ਲਾਂਚ ਹੋ ਰਹੇ ਨੇ, ਤੇ ਤੁਸੀਂ ਨਹੀਂ ਸੋਚਿਆ ਕਿ ਆਪਾਂ ਵੀ ਬੰਬੇ ਜਾ ਕੇ ਟ੍ਰੇਲਰ? ਮੈਂ ਦਿਹਾਤੀ ਹਾਂ ਯਾਰ ਜੀ, ਮੇਰੀ ਦੁਨੀਆ ਹੋਰ ਤਰ੍ਹਾਂ ਦੀ ਹੈ। ਮੈਂ ਜਿਹੜਾ ਆਪਣਾ ਖਿਆਲ ਬਣਾਇਆ ਜਾਂ ਵਸਾਇਆ ਉਹ ਅਲੱਗ ਤਰ੍ਹਾਂ ਦਾ। ਮੇਰੀ ਨਿੱਜੀ ਜ਼ਿੰਦਗੀ ਵੀ ਬੜੀ ਸਾਦਗੀ ਵਾਲੀ ਹੈ, ਮੈਂ ਇਹਨਾਂ ਚੀਜ਼ਾਂ ਤੋਂ ਅਵੇ ਹਾਂ। ਔਰ ਮੈਂ ਆਪਣਾ ਜਿਹੜਾ ਕੰਮ ਕਰਨਾ ਚਾਹੁੰਦਾ ਉਹ ਇਸੇ ਤਰ੍ਹਾਂ ਕਰਨਾ ਚਾਹੁੰਦਾ ਕਿ ਜਿਹੜੇ ਨੇ ਦੇਖਣਾ ਜਾਂ ਸੁਣਨਾ ਉਹਨਾਂ ਦੇ ਮੇਰੇ ਵਿਚਾਲੇ ਹੋਰ ਕੁਛ ਨਹੀਂ ਚਾਹੀਦਾ, ਬਿਲਕੁਲ ਉਹ ਚਾਹੀਦੇ ਜਾਂ ਮੈਂ ਚਾਹੀਦਾ। ਬਿਲਕੁਲ, ਇੱਥੇ ਮੈਨੂੰ ਤੁਹਾਡੀ ਇੱਕ ਗੱਲ ਯਾਦ ਆ ਗਈ, ਜਦੋਂ ਕਿਸਾਨੀ ਅੰਦੋਲਨ ਚੱਲਦਾ ਸੀਗਾ ਤੁਸੀਂ ਆਉਂਦੇ, ਅਸੀਂ ਵੀ ਉੱਥੇ ਕਵਰੇਜ ਕਰਨ ਆਉਂਦੇ ਸੀ, ਤੁਹਾਡੀ ਕਾਫੀ ਕਵਰੇਜ ਕੀਤੀ, ਤੇ ਤੁਸੀਂ ਉੱਥੇ ਗੱਲ ਕਰਦੇ ਮੈਂ ਇੱਕ ਇੱਦਾਂ ਦਾ ਗਾਣਾ ਬਣਾਵਾਂ ਕਿ ਅੱਧਾ ਘੰਟਾ ਬੰਦਾ ਲਾਏ ਉਹਨੂੰ ਬਦਲਣ ਦੀ ਲੋੜ ਨਾ ਪਵੇ। ਜੀ ਜੀ, ਕਿ ਇੱਕ ਉਹ ਲੈਂਥ ਕਿ ਇੱਕ ਬੰਦੇ ਦੇ ਮਾਇੰਡ ਨੂੰ ਉੱਥੇ ਤੱਕ ਖਿੱਚ ਕੇ ਲੈ ਕੇ ਜਾਣਾ ਕਿ ਜਿੰਨੀ ਦੇਰ ਤੱਕ ਚੱਲ ਰਿਹਾ ਉਹ ਸਟੇਬਲ ਰਹੇ, ਤੇ ਇਹਦੇ ਵਿੱਚ ਕਿੰਨਾ ਤੁਸੀਂ ਸੋਚਦੇ ਹੋ ਕਿ ਕਿੰਨੀ ਮਿਹਨਤ ਪਾਣੀ ਪਊਗੀ ਕਿਸੇ ਬੰਦੇ ਦੇ ਮਾਇੰਡ ਨੂੰ ਆਪਣੇ ਇੰਟੈਂਟ ਦੇ ਨਾਲ ਸਟੇਬਲ ਰੱਖਣਾ? ਦੇਖੋ, ਜਦੋਂ ਨਾ ਲੜਕੀ ਕੋਈ ਸਵੈਟਰ ਬੁਣਦੀ ਹੈ, ਜਦੋਂ ਪਹਿਲਾਂ ਦੇਖਦੀ ਹੈ ਉਹ ਸਲੀਆਂ ਵੇਖ ਕੇ ਬੁਣਦੀ ਹੈ, ਜਦੋਂ ਪਰਪੱਕ ਹੋ ਜਾਂਦੀ ਹੈ ਫਿਰ ਉਹ ਗੱਲਾਂ ਕਰਦੀ ਕਰਦੀ ਵੀ ਸਵੈਟਰ ਬੁਣਦੀ ਹੈ। ਇਸੇ ਤਰ੍ਹਾਂ ਬੰਦਾ ਜਦੋਂ ਪਹਿਲੀ ਵਾਰੀ ਟਰੈਕਟਰ 'ਤੇ ਚੜ੍ਹਦਾ ਉਹਨੂੰ ਹਲਾਈ ਸਿੱਧੀ ਨਹੀਂ ਪੈਂਦੀ, ਪਰ ਉਦੋਂ ਬਾਅਦ ਉਹ ਡੈੱਕ ਲੱਗਿਆ ਹੁੰਦਾ ਅਤੇ ਫਿਰ ਉਹ ਨਾਲ ਫੋਨ 'ਤੇ ਲੱਗਿਆ ਹੁੰਦਾ, ਨਾਲੇ ਆਪਦਾ ਖੇਤ ਵਾਹੀ ਜਾਂਦਾ। ਇਸੇ ਤਰ੍ਹਾਂ ਕੰਮ ਹੈ, ਲਿਖਣਾ, ਜਦੋਂ ਤੁਸੀਂ ਲਿਖਤਾਂ 'ਚ ਰੰਮ ਜਾਂਦੇ ਹੋ ਨਾ, ਫਿਰ ਤੁਸੀਂ ਭਾਵਾਂ 10 ਘੰਟੇ ਦਾ ਗਾਣਾ ਲਿਖੋ, ਫਿਰ ਲਿਖੀ ਜਾਓ ਜਿੰਨਾ ਮਰਜ਼ੀ। ਡਿਪੈਂਡ ਕਰਦਾ ਕਿ ਤੁਸੀਂ ਦੇਖੋ, ਕੁਛ ਇੱਕ ਬੰਦੇ ਦਾ ਨਜ਼ਰੀਆ ਹੁੰਦਾ ਕਿ ਮੈਂ 3 ਕੁ ਮਿੰਟ ਦਾ ਇੱਕ ਗਾਣਾ ਬਣਾ ਦੇਵਾਂ, ਮੇਰੇ ਲਈ ਇਸ ਤਰ੍ਹਾਂ ਨਹੀਂ ਹੁੰਦਾ, ਘੰਟੇ ਦਾ ਵੀ ਹੋ ਸਕਦਾ, 1 ਮਿੰਟ ਦਾ ਵੀ ਹੋ ਸਕਦਾ। ਤੇ ਤੁਹਾਨੂੰ ਹੁਣ ਲੱਗਦਾ ਕਿ ਜਿਵੇਂ ਤੁਹਾਡੇ ਪੁਰਾਣੇ ਗਾਣੇ ਰਹੇ, ਬਿਲਕੁਲ ਜਿਹੜੇ ਕੁੜਤੇ ਪਜਾਮਿਆਂ ਦੇ ਕਲਰ ਸੀਗੇ ਉਹ ਵੀ ਅੱਜ ਕੱਲ ਮੈਨੂੰ ਲੱਗਦਾ ਬਾਜ਼ਾਰਾਂ ਦੇ ਵਿੱਚ ਆਮ ਗਾਣੇ ਰੰਗ ਦੇ ਆ। ਪੁਰਾਣੇ ਜ਼ਮਾਨੇ 'ਚ ਨਾ ਜਦੋਂ ਕੋਈ ਕਿਸੇ ਫੰਕਸ਼ਨ ਤੇ ਜਾਂ ਪਰਿਵਾਰਕ ਮਿਲਣੀ ਤੇ ਜਾਂਦੇ ਸੀ, ਫਿਰ ਨਿੱਜੀ ਜ਼ਿੰਦਗੀ ਤੋਂ ਹਟ ਕੇ ਗਾੜੇ ਰੰਗ ਪਾਏ ਜਾਂਦੇ ਸੀ, ਉਸੇ ਤਰ੍ਹਾਂ ਦੀਆਂ ਪੱਗਾਂ ਬੰਨ੍ਹੀਆਂ ਜਾਂਦੀਆਂ, ਫਿਰ ਜਦੋਂ ਮੇਲਿਆਂ 'ਚ ਵੀ ਜਾਂਦੇ ਸੀ ਇਸੇ ਤਰ੍ਹਾਂ ਦੇ ਗੂੜੇ ਰੰਗ ਪਾਏ ਜਾਂਦੇ ਸੀ। ਉਹ ਰੰਗਾਂ ਦਾ ਜਿਹੜਾ ਬੇਸਿਕਲੀ ਤੁਸੀਂ ਜਦੋਂ ਪੋਸਟਰ ਦੇਖੇ ਨਾ, ਤੁਹਾਨੂੰ ਲੱਗਦਾ ਨਾ ਥੱਲੇ ਮਿੱਟੀ ਦਾ ਵੀ ਕਲਰ ਹੁੰਦਾ, ਤੂੰ ਉਹਦੇ ਨੇੜੇ ਸੀ, ਲੋਕ ਨੇਚਰ ਦੇ ਬਹੁਤ ਨੇੜੇ ਸੀ। ਤੇ ਸਰ, ਕਰੈਕਟਰ ਦੇ ਵਿੱਚ ਵੜਨ ਦੇ ਵਿੱਚ ਤੇ ਉਹ ਤੋਂ ਬਾਹਰ ਆਉਣ ਦੇ ਲਈ ਕਿੰਨੀ ਕੁ ਮਿਹਨਤ ਲੱਗਦੀ? ਇਹ ਗੱਪ ਹੁੰਦੀ ਹੈ, ਕੁਛ ਨਹੀਂ ਹੁੰਦਾ। ਅਸੀਂ ਪਿੰਡਾਂ ਵਾਲੇ ਹਾਂ, ਸਾਡੇ ਅੰਦਰ ਉਹ ਕਿਰਦਾਰ ਹੈਗੇ ਹੈ। ਜਦੋਂ ਅਸੀਂ ਸਮਾਜ ਲਈ ਲਿਖਦੇ ਹਾਂ ਆਪਾਂ, ਜਾਂ ਕਿਸਾਨੀ ਲਈ ਗਾਉਂਦੇ ਹਾਂ, ਮਜ਼ਦੂਰਾਂ ਲਈ ਗਾਉਂਦੇ ਹਾਂ, ਉਹ ਸਾਡੇ ਅੰਦਰ ਉਹ ਕਰੈਕਟਰ ਡਿਵੈਲਪ ਹੋਇਆ ਹੁੰਦਾ। ਔਰ ਇਹ ਸਾਡੇ ਬਜ਼ੁਰਗ ਹੈ, ਸਾਡੇ 'ਚ ਉਹੀ ਜੀਨ ਹੈ, ਲੜਨ ਅਤੇ ਖੜਨ ਵਾਲੇ। ਅਤੇ ਇੱਕ ਲਾਸਟ ਸਵਾਲ ਕਿ ਜਿਵੇਂ ਫਿਲਮ ਹੈ, ਇਸ ਤੋਂ ਅਗਲੇ ਹੋਰ ਇਸ ਤਰ੍ਹਾਂ ਦੇ ਕਨਸੈਪਟ ਤੁਸੀਂ ਆ ਤਾਂ ਦੇਖ ਲਾ ਅੰਕਲ ਪਹਿਲਾਂ ਹੁਣ ਇਹ ਤਾਂ ਸਰ ਦੇਖੀ ਹੈਗੀ, ਕਿਹੜੀ ਫਿਲਮ ਜਾਂ ਕਿਹੜਾ ਗਾਣਾ ਹੈ ਦੱਸੋ ਜਿਹੜਾ ਸੀ ਤੁਹਾਡਾ ਨਾਂ ਦੇਖਿਆ ਮੈਨੂੰ? ਇਹ ਪਹਿਲਾਂ ਇਹ ਜਿਹੜੀ ਰਿਲੀਜ਼ ਹੈ, ਇੰਨਾ ਪੈਸਾ ਲਾਇਆ ਉਹਨਾਂ ਨੇ, ਇਹ ਪਹਿਲਾਂ ਪਏ ਵਿਖਾ ਦਈਏ ਤੁਹਾਨੂੰ ਜੀ, ਤੁਸੀਂ ਇਹਨੂੰ ਪਾਸ ਕਰੋ, ਪਾਸ ਹੀ ਉਦੋਂ ਬਾਅਦ ਫਿਰ ਤੁਸੀਂ ਦੱਸੋ ਫਿਰ ਆਪਾਂ ਹੋਰ ਉਦਾਂ ਦੀ, ਕਿਉਂਕਿ ਫੈਨਸ ਜਦੋਂ ਦੀ ਹਸ਼ਰ ਆਈ ਉਦੋਂ ਦੀ ਵੇਟ ਕਰਦੇ ਪਏ ਆ ਕਿ ਹੁਣ ਤੁਸੀਂ ਕਾਫੀ ਟਾਈਮ ਬਾਅਦ ਇੰਨਾ ਖਤਰਨਾਕ 4 ਸਾਲ ਨਹੀਂ ਬਣਾਏ, ਬਿਲਕੁਲ ਇੰਨਾ ਖਤਰਨਾਕ ਕਨਸੈਪਟ ਹੈਗਾ, ਇਹ ਤੇ ਬਣਾਵਾਂਗੇ ਜੀ, ਆਪਾਂ ਉਹੀ ਫਿਲਮ ਬਣਾਵਾਂਗੇ ਜਿਹੜੀ ਗਰਦਨ ਸਿੱਧੀ ਰੱਖਣ ਵਾਲੀ ਫਿਲਮ ਹੈ, ਐ ਚੁੱਕਣ ਵਾਲੀ ਨਹੀਂ ਬਣਾਉਣੀ ਜੀ। ਬਿਲਕੁਲ,
ਸੋ ਇਹ ਸਨ ਸਾਡੇ ਨਾਲ ਮਾਨ ਸਾਹਿਬ ਤੇ ਜਿਨ੍ਹਾਂ ਨੇ ਆਪਣੇ ਕਿਰਦਾਰ ਦੀ ਗੱਲ ਦੱਸੀ ਹੈ ਜੋ ਫਿਲਮ ਦੇ ਵਿੱਚ ਨਿਭਾ ਰਹੇ ਨੇ ਤੇ ਜਿਹੜੀ ਪੰਜਾਬ ਦੇ ਇਹ ਜਿਹੜੀਆਂ ਰੰਗ ਨੇ ਇਹ ਜਿਵੇਂ ਟਾਈਮ ਦੇ ਹਿਸਾਬ ਦੇ ਨਾਲ ਅਲੋਪ ਹੁੰਦੇ ਜਾ ਰਹੇ ਨੇ ਜਾਂ ਫਿਰ ਟਾਈਮ ਬਦਲਦਾ ਜਾ ਰਿਹਾ, ਪਰ ਹਮੇਸ਼ਾ ਟਰੈਂਡ ਤੋੜਨ ਵਾਲੀਆਂ ਜਿਹੜੀਆਂ ਚੀਜ਼ਾਂ ਨੇ ਉਹ ਆਉਂਦੀਆਂ ਰਹਿਣਗੀਆਂ। ਮਾਨ ਸਾਹਿਬ ਨੇ ਹਸ਼ਰ ਦੀ ਜਿਹੜੀ ਗੱਲ ਕਰਦੇ ਸੀਗੇ ਸਾਰੇ, ਉਹਦਾ ਵੀ ਕਿਤੇ ਨਾ ਕਿਤੇ ਕਲੂ ਦੇ ਦਿੱਤਾ ਕਿ ਇਸ ਤਰ੍ਹਾਂ ਦੀਆਂ ਫਿਲਮਾਂ ਅੱਗੇ ਆਉਂਦੀਆਂ ਰਹਿਣਗੀਆਂ। ਸੋ ਬਹੁਤ ਬਹੁਤ ਧੰਨਵਾਦ ਤੁਹਾਡਾ।